ਸ਼ਰਾਬ ਘੁਟਾਲੇ ਨੂੰ ਲੈ ਕੇ ਲਗਾਤਾਰ 6 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਬੰਦ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਕੋਲੋਂ ਬੀਜੇਪੀ ਦੇ ਵੱਲੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ। ਜੇਲ੍ਹਬੰਦੀ ਦੌਰਾਨ ਕੇਜਰੀਵਾਲ ਦਿੱਲੀ ਦੇ ਬਤੌਰ ਮੁੱਖ ਮੰਤਰੀ ਰਹੇ, ਪਰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਦਿੱਲੀ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੇ ਕੰਮਕਾਜ ਦੇ ਲਈ ਆਤਸ਼ੀ ਸਮੇਤ ਕੁਝ ਹੋਰ ਆਗੂ ਵੀ ਸਰਗਰਮ ਰਹੇ। ਸੁਪਰੀਮ ਕੋਰਟ ਦੇ ਵੱਲੋਂ ਕੇਜਰੀਵਾਲ ਨੂੰ ਦਿੱਤੀ ਗਈ ਜ਼ਮਾਨਤ ਮੌਕੇ ਜੋ ਸ਼ਰਤਾਂ ਲਗਾਈਆਂ ਗਈਆਂ, ਉਹਨਾਂ ਅਨੁਸਾਰ ਕੇਜਰੀਵਾਲ ਦੇ ਲਈ ਮੁੱਖ ਮੰਤਰੀ ਵਜੋਂ ਕੰਮ ਕਰਨਾ ਕਠਿਨ ਨਜ਼ਰ ਆ ਰਿਹਾ ਸੀ। ਜੇਲ੍ਹ ਦੇ ਵਿੱਚੋਂ ਬਾਹਰ ਆਉਣ ਤੋਂ ਬਾਅਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਸਤਿ ਸ਼੍ਰੀ ਅਕਾਲ, ਮੈਂ ਹਾਂ ਫੈਜ਼ਾ ਗੌਰ, ਸਵਾਗਤ ਹੈ ਤੁਹਾਡਾ ਪ੍ਰਾਈਮ ਏਸ਼ੀਆ ਟੀਵੀ ਤੇ। 15 ਸਤੰਬਰ ਨੂੰ ਜਦੋਂ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਉਹ 2 ਦਿਨਾਂ ਬਾਅਦ ਅਸਤੀਫਾ ਦੇ ਦੇਣਗੇ, ਤਾਂ ਆਤਸ਼ੀ ਦਾ ਨਾਂ ਵੀ ਸੀਐਮ ਦੀ ਕੁਰਸੀ ਦੀ ਰੇਸ ਦੇ ਵਿੱਚ ਸ਼ਾਮਲ ਸੀ। ਹਾਲਾਂਕਿ ਉਹਨਾਂ ਤੋਂ ਇਲਾਵਾ ਗੋਪਾਲ ਰਾਏ ਅਤੇ ਕੈਲਾਸ਼ ਗਹਿਲੋਤ ਦੇ ਨਾਲ ਨਾਲ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੇ ਨਾਂ ਦੀ ਵੀ ਚਰਚਾ ਸੀ। ਕੇਜਰੀਵਾਲ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਆਤਸ਼ੀ ਹੁਣ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣ ਗਏ ਨੇ। ਸੁਸ਼ਮਾ ਸਵਰਾਜ ਅਤੇ ਸ਼ੀਲਾ ਦੀਕਸ਼ਿਤ ਤੋਂ ਬਾਅਦ ਇਸ ਕੁਰਸੀ ਤੇ ਬੈਠਣ ਵਾਲੀ ਉਹ ਤੀਜੀ ਮਹਿਲਾ ਹੈ, ਪਰ ਉਹ ਤੀਜੀ ਔਰਤ ਸੁਨੀਤਾ ਕੇਜਰੀਵਾਲ ਵੀ ਹੋ ਸਕਦੀ ਸੀ। ਸੌਰਭ ਭਾਰਦਵਾਜ ਵੀ ਉਹ ਕੁਰਸੀ ਤੇ ਬੈਠ ਸਕਦੇ ਸੀ ਜੋ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਤੁਰੰਤ ਬਾਅਦ ਪਾਰਟੀ ਅਤੇ ਸਰਕਾਰ ਦੋਵਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸੀ। ਕੈਲਾਸ਼ ਗਹਿਲੋਤ ਨੂੰ ਵੀ ਉਹ ਕੁਰਸੀ ਮਿਲ ਸਕਦੀ ਸੀ। ਗੋਪਾਲ ਰਾਏ ਜੋ ਕੇਜਰੀਵਾਲ ਦੇ ਪੁਰਾਣੇ ਵਿਸ਼ਵਾਸ ਪਾਤਰ ਨੇ, ਉਹ ਵੀ ਇਸ ਕੁਰਸੀ ਦੇ ਦਾਅਵੇਦਾਰ ਹੋ ਸਕਦੇ ਸਨ। ਫਿਰ ਸਿਰਫ ਆਤਿਸ਼ੀ ਹੀ ਕਿਉਂ, ਆਤਿਸ਼ੀ ਨੂੰ ਹੀ ਕਿਉਂ ਦਿੱਲੀ ਦੇ ਮੁੱਖ ਮੰਤਰੀ ਬਣਾਇਆ ਗਿਆ? ਇਸ ਦੇ ਪਿੱਛੇ ਕੀ ਅਜਿਹੇ ਕਾਰਨ ਰਹੇ ਨੇ ਜੋ ਆਤਿਸ਼ੀ ਨੂੰ ਹੀ ਦਿੱਲੀ ਦਾ ਮੁੱਖ ਮੰਤਰੀ ਬਣਾਇਆ ਗਿਆ? ਆਓ ਜਾਣਦੇ ਹਾਂ ਕੌਣ ਹੈ ਆਤਿਸ਼ੀ। ਆਤਿਸ਼ੀ ਦਾ ਜਨਮ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਵਿਜੇ ਕੁਮਾਰ ਸਿੰਘ ਅਤੇ ਤ੍ਰਿਪਤਾ ਵਾਹੀ ਦੇ ਘਰ ਹੋਇਆ। ਆਤਿਸ਼ੀ ਨੇ ਆਪਣੀ ਸਕੂਲੀ ਪੜ੍ਹਾਈ ਸਪਰਿੰਗ ਡੇਲ ਸਕੂਲ ਨਵੀਂ ਦਿੱਲੀ ਤੋਂ ਕੀਤੀ ਹੈ। ਉਹਨਾਂ ਨੇ ਸੈਂਟ ਸਟੀਫਨ ਕਾਲਜ ਤੋਂ ਹਿਸਟਰੀ ਦੇ ਵਿੱਚ ਬੈਚਲਰ ਦੀ ਡਿਗਰੀ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਹਾਸਲ ਕੀਤੀ ਹੈ। ਕੁਝ ਸਾਲਾਂ ਬਾਅਦ ਉਹਨਾਂ ਨੇ ਵਿਦਿਅਕ ਖੋਜ ਦੇ ਵਿੱਚ ਰੋਡਸ ਸਕਾਲਰ ਵਜੋਂ ਆਕਸਫੋਰਡ ਤੋਂ ਆਪਣੀ ਦੂਜੀ ਮਾਸਟਰ ਡਿਗਰੀ ਹਾਸਲ ਕੀਤੀ। ਆਤਿਸ਼ੀ ਦਾ ਸਿਆਸੀ ਸਫ਼ਰ ਕੀ ਰਿਹਾ ਹੈ, ਆਓ ਜਾਣਦੇ ਹਾਂ। ਆਤਿਸ਼ੀ ਪਾਰਟੀ ਦੀ ਸਥਾਪਨਾ ਦੇ ਸਮੇਂ ਦੇ ਵਿੱਚ ਸ਼ਾਮਲ ਹੋਈ ਸੀ। ਉਹ 2013 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਮੈਨੀਫੈਸਟੋ ਡਰਾਫਟ ਕਮੇਟੀ ਦੀ ਮੁੱਖ ਮੈਂਬਰ ਸੀ। ਆਪਦਾ ਕਹਿਣਾ ਹੈ ਕਿ ਉਹਨਾਂ ਨੇ ਪਾਰਟੀ ਦੇ ਗਠਨ ਦੇ ਸ਼ੁਰੂਆਤੀ ਪੜਾਅ ਦੇ ਵਿੱਚ ਨੀਤੀਆਂ ਨੂੰ ਰੂਪ ਦੇਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਆਤਿਸ਼ੀ ਆਪਦੇ ਬੁਲਾਰੇ ਵੀ ਨੇ। ਉਹਨਾਂ ਨੇ ਜੁਲਾਈ 2015 ਤੋਂ ਅਪ੍ਰੈਲ 2018 ਤੱਕ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਸਲਾਹਕਾਰ ਵਜੋਂ ਵੀ ਕੰਮ ਕੀਤਾ ਅਤੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਦੇ ਲਈ ਕਈ ਯੋਜਨਾਵਾਂ 'ਤੇ ਵੀ ਕੰਮ ਕੀਤਾ। ਆਤਿਸ਼ੀ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਪੂਰਬੀ ਦਿੱਲੀ ਤੋਂ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਸੀ। ਉਹ ਬੀਜੇਪੀ ਉਮੀਦਵਾਰ ਗੌਤਮ ਗੰਭੀਰ ਤੋਂ 4 ਲੱਖ ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਹਾਰ ਗਈ ਸੀ। ਉਹਨਾਂ ਨੇ 2020 ਦੇ ਵਿੱਚ ਦਿੱਲੀ ਦੀ ਵਿਧਾਨ ਸਭਾ ਚੋਣਾਂ ਜਿੱਤੀਆਂ ਨੇ। ਉਹਨਾਂ ਨੇ ਪਾਰਟੀ ਦੀ ਟਿਕਟ 'ਤੇ ਕਾਲਕਾ ਜੀ ਖੇਤਰ ਤੋਂ ਚੋਣ ਜਿੱਤੀ ਹੈ ਅਤੇ ਬੀਜੇਪੀ ਉਮੀਦਵਾਰ ਨੂੰ 11,000 ਤੋਂ ਵੱਧ ਵੋਟਾਂ ਦੇ ਨਾਲ ਹਰਾਇਆ ਸੀ। ਪਾਰਟੀ ਦੇ ਵਿੱਚ ਆਤਿਸ਼ੀ ਦੇ ਵੱਧਦੇ ਸਿਆਸੀ ਕੱਦ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 2020 ਦੀਆਂ ਚੋਣਾਂ ਤੋਂ ਬਾਅਦ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਗੋਆ ਇਕਾਈ ਦਾ ਇੰਚਾਰਜ ਬਣਾਇਆ ਗਿਆ ਸੀ ਅਤੇ ਹੁਣ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਆਪਣੇ ਸਭ ਤੋਂ ਭਰੋਸੇਮੰਦ ਕਮਾਂਡਰ ਦੀ ਥਾਂ ਦਿੱਤੀ ਹੈ। ਜਦੋਂ ਮਨੀਸ਼ ਸਿਸੋਦੀਆ ਸਿੱਖਿਆ ਮੰਤਰੀ ਸਨ ਤਾਂ ਉਹਨਾਂ ਨੇ ਸਿੱਖਿਆ ਖੇਤਰ ਦੇ ਵਿੱਚ ਕਈ ਮਹੱਤਵਪੂਰਨ ਕੰਮ ਕੀਤੇ ਨੇ ਅਤੇ ਮਨੀਸ਼ ਸਿਸੋਦੀਆ ਦੀ ਗੈਰ ਮੌਜੂਦਗੀ ਦੇ ਵਿੱਚ ਸਿੱਖਿਆ ਵਿਭਾਗ ਨੂੰ ਵੀ ਸੰਭਾਲਿਆ ਸੀ। 2020 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਤਿਸ਼ੀ ਸਮੇਤ ਕਿਸੇ ਵੀ ਔਰਤ ਨੂੰ ਕੇਜਰੀਵਾਲ ਦੀ ਕੈਬਨਿਟ ਦੇ ਵਿੱਚ ਕੋਈ ਥਾਂ ਨਹੀਂ ਮਿਲੀ। ਉਸ ਸਮੇਂ ਪਾਰਟੀ ਦੇ ਕੁਝ ਨੇਤਾਵਾਂ ਨੇ ਆਤਿਸ਼ੀ ਨੂੰ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਨਾ ਦੇਣ 'ਤੇ ਇਸ ਕਦਮ ਦੀ ਆਲੋਚਨਾ ਕੀਤੀ ਸੀ। ਇਹ ਉਹ ਚੋਣ ਸੀ ਜਦੋਂ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੀਆਂ 70 ਦੇ ਵਿੱਚੋਂ 62 ਸੀਟਾਂ ਜਿੱਤੀਆਂ ਸਨ।
ਇਹਨਾਂ ਦੇ ਵਿੱਚੋਂ 8 ਮਹਿਲਾ ਵਿਧਾਇਕ ਸਨ, ਪਰ ਇਸ ਤੋਂ ਬਾਅਦ ਵੀ ਅਰਵਿੰਦ ਕੇਜਰੀਵਾਲ ਨੇ ਆਪਣੇ ਮੰਤਰੀ ਮੰਡਲ ਦੇ ਵਿੱਚ ਇੱਕ ਵੀ ਮਹਿਲਾ ਆਗੂ ਨੂੰ ਥਾਂ ਨਹੀਂ ਦਿੱਤੀ। ਪਰ ਸਮੇਂ ਦੇ ਨਾਲ ਦਿੱਲੀ ਦੀ ਸਿਆਸੀ ਸਥਿਤੀ ਵੀ ਬਦਲ ਗਈ। ਦਿੱਲੀ ਦੇ ਸਾਬਕਾ ਸਿਹਤ ਮੰਤਰੀ ਮਨੀਸ਼ ਸਿਸੋਦੀਆ ਜਦੋਂ ਜੇਲ੍ਹ ਦੇ ਵਿੱਚ ਗਏ ਤਾਂ ਉਦੋਂ ਆਤਿਸ਼ੀ ਸਿਸੋਦੀਆ ਦੀ ਥਾਂ ਸਾਲ 2023 ਦੇ ਵਿੱਚ ਪਹਿਲੀ ਵਾਰ ਕੇਜਰੀਵਾਲ ਸਰਕਾਰ ਦੇ ਵਿੱਚ ਸਿੱਖਿਆ ਮੰਤਰੀ ਬਣਾਈ ਗਈ। ਸਿਸੋਦੀਆ, ਸੰਜੀਵ ਸਿੰਘ ਅਤੇ ਫਿਰ ਅਰਵਿੰਦ ਕੇਜਰੀਵਾਲ ਦੇ ਖੁਦ ਜੇਲ੍ਹ ਜਾਣ ਤੋਂ ਬਾਅਦ ਆਤਿਸ਼ੀ ਸਰਕਾਰ ਤੋਂ ਲੈ ਕੇ ਪਾਰਟੀ ਤੱਕ ਦੇ ਮੁੱਦਿਆਂ 'ਤੇ ਅਗਵਾਈ ਕਰਦੇ ਹੋਏ ਨਜ਼ਰ ਆਏ। ਜਦੋਂ ਕੇਜਰੀਵਾਲ ਜੇਲ੍ਹ ਦੇ ਵਿੱਚ ਸਨ ਤਾਂ ਆਤਿਸ਼ੀ ਕੋਲ ਸਭ ਤੋਂ ਵੱਧ ਮੰਤਰਾਲੇ ਅਤੇ ਵਿਭਾਗਾਂ ਦੀ ਜ਼ਿੰਮੇਵਾਰੀ ਸੀ। ਹੁਣ ਜੇਕਰ ਸੌਰਵ ਭਾਰਦਵਾਜ ਜਾਂ ਕੈਲਾਸ਼ ਗਹਿਲੋਤ ਜਾਂ ਗੋਪਾਲ ਰਾਏ ਦੀ ਗੱਲ ਕਰੀਏ ਤਾਂ ਅੱਜ ਤੱਕ ਆਤਿਸ਼ੀ ਦੀ ਪ੍ਰੋਫਾਈਲ ਇਹਨਾਂ ਸਾਰਿਆਂ ਨੇਤਾਵਾਂ ਤੋਂ ਜ਼ਿਆਦਾ ਮਜ਼ਬੂਤ ਹੈ। ਸੌਰਵ ਭਾਰਦਵਾਜ ਨੇ ਪਹਿਲਾਂ ਇਹ ਕਿਹਾ ਸੀ ਕਿ ਮੈਂ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਨਹੀਂ ਹਾਂ ਅਤੇ ਜੋ ਵੀ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇਗਾ ਉਹ ਕੁਰਸੀ ਅਰਵਿੰਦ ਕੇਜਰੀਵਾਲ ਦੀ ਹੀ ਹੈ। ਮੁੱਖ ਮੰਤਰੀ ਵਜੋਂ ਕੇਜਰੀਵਾਲ ਦੇ ਕਾਰਜਕਾਲ ਦੌਰਾਨ ਆਤਿਸ਼ੀ ਉਹਨਾਂ ਦੀ ਕੈਬਨਿਟ ਦੇ ਵਿੱਚ ਇਕਲੌਤੀ ਮਹਿਲਾ ਮੰਤਰੀ ਸੀ। ਇੰਨਾ ਹੀ ਨਹੀਂ, ਕੇਜਰੀਵਾਲ ਮੰਤਰੀ ਮੰਡਲ ਦੇ ਵਿੱਚ ਜੇਕਰ ਕਿਸੇ ਇੱਕ ਮੰਤਰੀ ਕੋਲ ਸਭ ਤੋਂ ਵੱਧ ਵਿਭਾਗ ਨੇ ਤਾਂ ਉਹ ਆਤਿਸ਼ੀ ਨੇ, ਅਤੇ ਇਹ ਸਭ ਉਦੋਂ ਹੀ ਹੈ ਜਦੋਂ ਅਰਵਿੰਦ ਕੇਜਰੀਵਾਲ ਦੀ ਸਰਕਾਰ 3 ਵਾਰ ਬਣੀ ਸੀ। ਪਰ ਆਤਿਸ਼ੀ 2020 ਦੇ ਵਿੱਚ ਪਹਿਲੀ ਵਾਰ ਵਿਧਾਇਕ ਬਣੇ ਅਤੇ 2023 ਦੇ ਵਿੱਚ ਪਹਿਲੀ ਵਾਰ ਮੰਤਰੀ ਬਣੇ, ਅਤੇ ਮੰਤਰੀ ਬਣਨ ਤੋਂ ਬਾਅਦ ਦਿੱਲੀ ਦਾ ਵਿੱਤ ਵਿਭਾਗ ਹੋਵੇ ਜਾਂ ਸਿੱਖਿਆ ਵਿਭਾਗ, ਲੋਕ ਨਿਰਮਾਣ ਵਿਭਾਗ ਜਾਂ ਬਿਜਲੀ ਮਾਲ ਜਾਂ ਕਾਨੂੰਨ ਮੰਤਰਾਲੇ, ਸਭ ਆਤਿਸ਼ੀ ਦੇ ਕੋਲ ਹੀ ਰਹੇ। ਇਸ ਲਈ ਸਪਸ਼ਟ ਹੈ ਕਿ ਕੇਜਰੀਵਾਲ ਦੇ ਲਈ ਆਤਿਸ਼ੀ ਦੇ ਨਾਂ 'ਤੇ ਮੋਹਰ ਲਗਾਉਣਾ ਔਖਾ ਕੰਮ ਨਹੀਂ ਸੀ, ਕਿਉਂਕਿ ਆਤਿਸ਼ੀ ਕੋਲ ਇਹ ਕੁਰਸੀ ਉਦੋਂ ਤੱਕ ਹੈ ਜਦੋਂ ਤੱਕ ਦਿੱਲੀ ਦੇ ਵਿੱਚ ਅਗਲੀਆਂ ਚੋਣਾਂ ਨਹੀਂ ਹੋ ਜਾਂਦੀਆਂ। ਫਿਰ ਜਦੋਂ ਕੇਜਰੀਵਾਲ ਵੀ ਜੇਲ੍ਹ ਦੇ ਵਿੱਚ ਗਏ ਤਾਂ ਕੇਜਰੀਵਾਲ ਨੇ 15 ਅਗਸਤ ਨੂੰ ਤਿਰੰਗਾ ਲਹਿਰਾਉਣ ਦੇ ਲਈ ਆਤਿਸ਼ੀ ਨੂੰ ਆਪਣਾ ਪ੍ਰਤੀਨਿਧੀ ਨਿਯੁਕਤ ਕੀਤਾ, ਅਤੇ ਇਸ ਸੰਬੰਧੀ ਉਪ ਰਾਜਪਾਲ VK ਸਕਸੈਨਾ ਨੂੰ ਚਿੱਠੀ ਲਿਖ ਕੇ ਇਸ ਦੀ ਇਜਾਜ਼ਤ ਵੀ ਮੰਗੀ ਗਈ ਸੀ, ਪਰ ਇਜਾਜ਼ਤ ਨਹੀਂ ਦਿੱਤੀ ਗਈ। ਪਰ ਰਾਜਪਾਲ ਨੇ 15 ਅਗਸਤ ਨੂੰ ਤਿਰੰਗਾ ਲਹਿਰਾਉਣ ਦੀ ਇਜਾਜ਼ਤ ਵੀ ਨਹੀਂ ਦਿੱਤੀ। ਉਦੋਂ ਹੀ ਸੰਕੇਤ ਸਾਹਮਣੇ ਆਉਣ ਲੱਗੇ ਸੀ ਕਿ ਆਤਿਸ਼ੀ ਨੂੰ ਭਵਿੱਖ ਦੇ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਬਾਕੀ ਸਮਾਂ ਹੀ ਦੱਸੇਗਾ ਕਿ ਅਰਵਿੰਦ ਕੇਜਰੀਵਾਲ ਦਾ ਇਹ ਫੈਸਲਾ ਦਿੱਲੀ ਦੇ ਲੋਕਾਂ ਦੇ ਲਈ ਅਤੇ ਆਮ ਆਦਮੀ ਪਾਰਟੀ ਦੇ ਲਈ ਕਿੰਨਾ ਲਾਹੇਵੰਦ ਸਾਬਤ ਹੁੰਦਾ ਹੈ। ਉਮੀਦ ਕਰਦੇ ਹਾਂ ਕਿ ਇਹ ਰਿਪੋਰਟ ਤੁਹਾਨੂੰ ਪਸੰਦ ਆਈ ਹੋਵੇਗੀ। ਹੋਰ ਵੀ ਕਈ ਅਹਿਮ ਰਿਪੋਰਟ ਤੁਸੀਂ ਸਾਡੇ ਪ੍ਰਾਈਮ ਏਸ਼ੀਆ ਟੀਵੀ ਦੇ ਫੇਸਬੁੱਕ, ਯੂਟਿਊਬ ਦੇ ਆਫਿਸ਼ੀਅਲ ਪੇਜ 'ਤੇ ਵੀ ਜਾ ਕੇ ਦੇਖ ਸਕਦੇ ਹੋ। ਬਣੇ ਰਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ, ਤੁਹਾਡਾ ਆਪਣਾ, ਤੁਹਾਡੇ।